ਤੁਸੀਂ ਜਿੱਥੇ ਗਈਆਂ ਪੰਜਾਬਣੋਂ ਉੱਥੇ ਲਿਆ ਪੰਜਾਬ ਵਸਾ, ਤੁਸੀਂ ਜਿੱਥੇ ਗਈਆਂ ਪੰਜਾਬਣੋਂ ਉੱਥੇ ਲਿਆ ਪੰਜਾਬ ਵਸਾ। ਕਹਿੰਦੇ ਨੇ ਕਿ ਤੁਸੀਂ ਦਿੱਤਾ ਹੌਸਲਾ ਤੇ ਅਸੀਂ ਮੱਲਾ ਮਾਰੀਆਂ, ਕਦੇ ਵੀ ਪੰਜਾਬੀਆਂ ਨੇ ਹਿੰਮਤਾਂ ਨਹੀਂ ਹਾਰੀਆਂ। ਇਸ ਗੱਲ ਬਾਰੇ ਦੱਸੋ ਤੁਹਾਡਾ ਕੀ ਖਿਆਲ ਜੀ, ਕਰਿਓ ਕਬੂਲ ਪਹਿਲਾਂ। ਸਤਿ ਸ੍ਰੀ ਅਕਾਲ ਜੀ, ਕਰਿਓ ਕਬੂਲ ਪਹਿਲਾਂ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਨੇ ਕਿ ਸੌਣ ਮਹੀਨਾ ਦਿਨ ਗਿੱਧੇ ਦੇ ਕੁੜੀਆਂ ਰਲ ਕੇ ਆਈਆਂ, ਨੱਚਣ ਕੁੱਦਣ ਝੂਟਣ ਪੀਂਘਾਂ ਵੱਡਿਆਂ ਘਰਾਂ ਦੀਆਂ ਜਾਈਆਂ। ਆ ਲੈ ਮਿੱਤਰਾ ਕਰ ਲੈ ਖਰੀਆਂ, ਬਾਂਕਾਂ ਵਿੱਚ ਨਾ ਆਈਆਂ, ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ, ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ। ਸਭ ਤੋਂ ਪਹਿਲਾਂ ਤਾਂ ਮੈਂ ਗੋਲਡਨ ਪੈਲਸ ਦੀ ਸਮੂਹ ਟੀਮ, ਸਾਡੇ ਭੈਣ ਜੀ ਕੁਲਦੀਪ ਕੌਰ ਹੋਰੀ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਆਉਣ ਦਾ ਮਾਣ ਬਖਸ਼ਿਆ। ਅਤੇ ਦੂਸਰਾ ਮੈਂ ਤੁਹਾਨੂੰ ਤੀਆਂ ਦੇ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 2.5 ਸਾਲ ਤੋਂ ਜਿਵੇਂ ਕਹਿੰਦਾ ਵੀ ਕੋਈ ਮੇਲਾ ਵਗੈਰਾ ਸਾਡੇ ਸ਼ਹਿਰ ਦੇ ਵਿੱਚ ਨਹੀਂ ਲੱਗਿਆ। ਸੋ ਹਰ ਕੋਈ ਚਾਹੁੰਦਾ ਸੀ ਕਿ ਅਸੀਂ ਬਾਹਰ ਜਾਈਏ ਅਤੇ ਜਾ ਕੇ ਆਪਣੀਆਂ ਸਹੇਲੀਆਂ ਨੂੰ ਮਿਲੀਏ ਗਿਲੀਏ। ਸੋ ਉਹ ਜਿਹੜੀ ਤੁਹਾਡੀ ਰੀਝ ਆ ਉਹ ਪੂਰੀ ਹੋਈ ਹੈ। ਕਹਿੰਦੇ ਨੇ ਕਿ ਸੌਣ ਦਾ ਮਹੀਨਾ ਹੋਵੇ ਅਤੇ ਬੱਦਲਾਂ ਦੀ ਗੜਗੜਾਹਟ ਹੋਵੇ ਅਤੇ ਸਾਡੀਆਂ ਮੁਟਿਆਰਾਂ ਪਿੱਪਲਾਂ 'ਤੇ ਪੀਂਘਾਂ ਝੂਟਦੀਆਂ ਹੋਣ। ਸੋ ਉਹ ਨਜ਼ਾਰਾ ਬੇਸ਼ੱਕ ਪੰਜਾਬ ਦੇ ਵਿੱਚੋਂ ਕਿਸੇ ਹੱਦ ਤੱਕ ਜਿਹੜਾ ਮੈਂ ਸਮਝਦਾ ਵੀ ਅਲੋਪ ਹੋ ਰਿਹਾ, ਪਰ ਤੁਸੀਂ ਜਿਸ ਤਰੀਕੇ ਨਾਲ ਅੱਜ ਗੋਲਡਨ ਪੈਲਸ ਦੇ ਵਿੱਚ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾ ਰਹੇ ਹੋ, ਤੁਸੀਂ ਇੱਕ ਮੈਂ ਸਮਝਦਾ ਵੱਖਰਾ ਵਿਲੱਖਣ ਪੇਸ਼ ਕੀਤੀ ਹੈਗੀ ਆ। ਜਿਵੇਂ ਭੈਣਾਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਤੀਆਂ ਦੀ ਬਹੁਤ ਸੋਹਣੇ ਤਰੀਕੇ ਦੇ ਨਾਲ ਭੈਣ ਜੀ ਹੋਰਾਂ ਨੇ ਜਿਹੜੀ ਦੱਸਿਆ ਹੈਗਾ ਵੀ ਕੀ ਮਹਾਨਤਾ ਸੀ, ਤੀਆਂ ਕਿਉਂ ਮਨਾਈਆਂ ਜਾਂਦੀਆਂ ਹੈਗੀਆਂ। ਆਪਾਂ ਨੂੰ ਯਾਦ ਆ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਸ ਟਾਈਮ ਦੇ ਉੱਤੇ ਕੁੜੀਆਂ ਚਿੜੀਆਂ ਆਪਣੇ ਜਿਵੇਂ ਕਹਿੰਦੇ ਸਹੁਰੇ ਪਰਿਵਾਰਾਂ ਤੋਂ ਪੇਕੇ ਆਉਣਾ ਅਤੇ ਉਹਨਾਂ ਨੇ ਆ ਕੇ ਫਿਰ ਪਿੱਪਲੀ ਪੀਂਘਾਂ ਪਾਉਣੀਆਂ, ਫਿਰ ਸ਼ਾਮ ਨੂੰ ਪਿੰਡਾਂ ਦੇ ਵਿੱਚ ਜਿਵੇਂ ਕਹਿੰਦਾ ਵੀ ਮਲਿਆਂ ਦੇ ਵਿੱਚ ਮੋਹਰ ਬੋਲਣੇ ਅਤੇ ਇਹਦੇ ਨਾਲ ਨਾਲ ਕੁੜੀਆਂ ਚਿੜੀਆਂ ਨੇ ਗਿੱਧਾ ਪਾਉਣਾ ਸ਼ਾਮਾਂ ਨੂੰ। ਸੋ ਉਹ ਸਾਰਾ ਕੁਛ ਅੱਜ ਕਿਸਾਨ ਨੇ ਸਾਨੂੰ ਯਾਦ ਕਰਾ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਵਾਰ ਫਿਰ ਮੈਂ ਤੁਹਾਨੂੰ ਤੀਆਂ ਦੇ ਮੇਲੇ ਦੀ ਮੁਬਾਰਕਬਾਦ ਦਿੰਦਾ। ਇਹਦੇ ਨਾਲ ਨਾਲ ਜਿਹੜਾ ਤੁਸੀਂ ਸੈਗਮੈਂਟ ਚੂਜ਼ ਕੀਤੇ ਆ ਇਸ ਪ੍ਰੋਗਰਾਮ ਦੇ ਵਿੱਚ, ਮੈਨੂੰ ਬਹੁਤ ਚੰਗੇ ਲੱਗੇ ਕਿ ਇੱਕ ਤਾਂ ਇਹਦੇ ਵਿੱਚ ਇਹਨਾਂ ਨੇ ਇਹ ਕੀਤਾ ਸੀਗਾ ਕਿ ਅਸੀਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਆਪਣੇ ਪਰਿਵਾਰਾਂ ਦੀ ਮਦਦ ਵਾਸਤੇ ਔਖੇ ਸਮਿਆਂ ਦੇ ਵਿੱਚ ਟਾਈਮ ਕੱਢਿਆ, ਜਾਂ ਸਾਡੇ ਸੱਭਿਆਚਾਰ ਵਿਰਸੇ ਦੇ ਵਾਸਤੇ ਉਹਨਾਂ ਦੀ ਕੋਈ ਦੇਣ ਆ, ਉਹਨਾਂ ਨੂੰ ਸਨਮਾਨਿਤ ਕਰਨਾ। ਸੋ ਬਹੁਤ ਚੰਗੀ ਗੱਲ ਆ, ਕਿਉਂਕਿ ਇੱਦਾਂ ਦੀ ਇਨਕਰੇਜਮੈਂਟ ਹੋਣੀ ਚਾਹੀਦੀ ਆ। ਦੂਸਰਾ, ਮੈਨੂੰ ਪਤਾ ਲੱਗਿਆ ਸੀ ਵੀ ਅੱਜ ਰਵੀ ਸਿੰਘ ਹੋਰਾਂ ਦੇ ਵਾਈਫ ਉਹ ਵੀ ਆ ਕੇ ਸੰਬੋਧਨ ਕਰਨਗੇ, ਇਸੇ ਤਰੀਕੇ ਦੇ ਨਾਲ ਹੋਰ ਵੀ ਸਾਡੀਆਂ ਭੈਣਾਂ ਦੂਰ ਦੁਰਾਡੇ ਤੋਂ ਇੰਟਰਨੈਟ ਦੇ ਜ਼ਰੀਏ ਜੜਨਗੀਆਂ, ਕਿਉਂਕਿ ਇੰਟਰਨੈਟ ਦੇ ਨਾਲ ਦੁਨੀਆ ਜਿਹੜੀ ਇੱਕ ਗਲੋਬਲ ਪਿੰਡ ਬਣ ਗਈ ਆ। ਸੋ ਜਿਹੜਾ ਤੁਸੀਂ ਆਹ ਸੈਗਮੈਂਟ ਇਹਦੇ ਵਿੱਚ ਰੱਖਿਆ ਹੈਗਾ ਇਹ ਬੜਾ ਇੰਪੋਰਟੈਂਟ ਆ, ਕਿਉਂਕਿ ਜਿਵੇਂ ਭੈਣ ਜੀ ਹੋਰੀ ਦੱਸ ਕੇ ਗਏ ਆ ਕਿ ਪਿਛਲੇ 8 ਮਹੀਨਿਆਂ ਤੋਂ ਜਿਹੜੇ ਕਿਸਾਨ ਆ ਸਾਡੇ ਉਹ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਆ, ਅਤੇ ਤਕਰੀਬਨ 600 ਤੋਂ ਉੱਪਰ ਜਿਹੜਾ ਕਿਸਾਨ ਆ ਉਹ ਆਪਣੀ ਜਾਨ ਦੇ ਚੁੱਕਿਆ ਇਸ ਅੰਦੋਲਨ ਦੇ ਵਿੱਚ। ਅਤੇ ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੇ ਬਣਾਏ ਸੀ, ਜਿਹਦੇ ਵਿੱਚ ਇੱਕ ਤਾਂ ਇਹ ਸੀਗਾ ਵੀ MSP ਖਤਮ ਹੋਊਗੀ, ਨੰਬਰ 2 ਦੇ ਉੱਤੇ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਵੱਡੀ ਪੱਧਰ ਦੇ ਉੱਤੇ ਅਨਾਜ ਸਟੋਰ ਕਰ ਸਕਣਗੇ, ਅਤੇ ਨਾਲ ਦੀ ਨਾਲ ਜਿਹੜੀ ਸਰਕਾਰੀ ਖਰੀਦ ਆ ਉਹ ਖਤਮ ਹੋ ਜਾਊਗੀ। ਸੋ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਜਿਹੜੇ ਸਾਡੇ ਸੂਝਵਾਨ ਉੱਥੇ ਬਲਵੀਰ ਸਿੰਘ ਰਾਜੇਵਾਲ ਵਰਗੇ ਲੀਡਰ ਸੀ, ਉਹਨਾਂ ਨੇ ਅਗਾਹ ਕੀਤਾ ਸਾਡੇ ਪੰਜਾਬੀਆਂ ਨੂੰ, ਅਤੇ ਪੰਜਾਬ ਨੇ ਮੂਹਰੇ ਲਾ ਕੇ ਇਸ ਅੰਦੋਲਨ ਦੀ ਅਗਵਾਈ ਕੀਤੀ। ਅਤੇ ਜਿੱਥੇ ਸਾਡੇ ਵੀਰ ਉਸ ਅੰਦੋਲਨ ਦੇ ਵਿੱਚ ਮੌਜੂਦ ਆ, ਉੱਥੇ ਸਾਡੀਆਂ ਭੈਣਾਂ ਵੀ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ। ਅਤੇ ਬੇਸ਼ੱਕ ਜਿਵੇਂ ਕਹਿੰਦਾ ਸਰਕਾਰ ਇਸ ਟਾਈਮ ਪੂਰੀ ਹਿੱਲੀ ਹੋਈ ਆ, ਜਿਹਦਾ ਕਰਕੇ ਉੱਥੇ ਉਹ ਪਥਰਾਅ ਵੀ ਕਰਦੇ ਆ, ਕਈ ਵਾਰੀ ਭੀੜ ਆਉਂਦੀ ਆ, ਟਰਾਲੀਆਂ ਨੂੰ ਅੱਗ ਵੀ ਲਾ ਜਾਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਗੌਰਮੈਂਟ ਆ ਪੂਰੀ ਤਰੀਕੇ ਦੇ ਨਾਲ ਹਿੱਲੀ ਹੋਈ ਆ, ਲੇਕਿਨ ਜਿਹੜੇ ਸਾਡੇ ਪੰਜਾਬੀ ਵੀਰ ਆ ਉੱਥੇ ਜਾਂ ਉਹਨਾਂ ਦੇ ਨਾਲ ਹਰਿਆਣੇ ਵਾਲੇ ਬੈਠੇ ਆ, UP ਵਾਲੇ ਬੈਠੇ ਆ, ਇਹ ਮੋਰਚਾ ਮੈਂ ਸਮਝਦਾ ਵੀ ਪੰਜਾਬੀਆਂ ਨੇ ਪੂਰੇ ਹਿੰਦੁਸਤਾਨ ਦਾ ਮੋਰਚਾ ਬਣਾ ਦਿੱਤਾ। ਬਥੇਰੇ ਵਾਰੀ ਮੋਰਚੇ ਦੇ ਵਿੱਚ ਇਹਨਾਂ ਨੇ ਘੁਸਪੈਠ ਕਰਨ ਦੀ ਵੀ ਕੋਸ਼ਿਸ਼ ਕੀਤੀ, ਜਿਵੇਂ 26 ਜਨਵਰੀ ਨੂੰ ਉੱਥੇ ਘਟਨਾਵਾਂ ਘਟੀਆਂ, ਪਰ ਉਸ ਤੋਂ ਬਾਅਦ ਹੁਣ ਜਿਹੜੀ ਸੰਸਦ ਉੱਥੇ ਚੱਲ ਰਹੀ ਹੈਗੀ ਆ ਮਾਨਸੂਨ ਕਿਸਾਨੀ ਸੰਸਦ, ਇਹਨਾਂ ਨੇ ਬਰਾਬਰ ਪਾਰਲੀਮੈਂਟ ਦੇ ਲਾਉਣੀ ਸ਼ੁਰੂ ਕੀਤੀ ਆ, ਉਹਦੇ ਵਿੱਚ ਇਹਨਾਂ ਨੇ ਆਈਡੈਂਟੀ ਕਾਰਡ ਵਗੈਰਾ ਬਣਾ ਕੇ ਜਿਹੜੇ 200 ਜੱਥੇ ਦੇ ਕਿਸਾਨਾਂ ਨੂੰ ਉੱਥੇ ਲਿਜਾਣਾ ਸ਼ੁਰੂ ਕੀਤਾ, ਤਾਂ ਕਿ ਕੋਈ ਸ਼ਰਾਰਤੀ ਅੰਸਰ ਉਹਦੇ ਵਿੱਚ ਵੜ ਨਾ ਸਕੇ। ਸੋ ਇੱਕ ਬਹੁਤ ਮੈਂ ਸਮਝਦਾ ਵੀ ਪ੍ਰੋਗਰੈਸ ਹੈਗੀ ਆ ਸਾਡੇ ਮੋਰਚੇ ਦੀ, ਸਰਕਾਰ ਦੇ ਉੱਤੇ ਦਿਨ ਬ ਦਿਨ ਜਿਹੜਾ ਪ੍ਰੈਸ਼ਰ ਆ ਉਹ ਵਧਾਇਆ ਜਾ ਰਿਹਾ। ਬੇਸ਼ੱਕ ਪੰਜਾਬ ਦੇ ਨਾਲ ਜਿਹੜੀ ਸੈਂਟਰ ਗੌਰਮੈਂਟ ਆ ਉਹ ਪਹਿਲੇ ਦਿਨ ਤੋਂ ਹੀ ਮਤਰੇਈ ਮਾਂ ਵਾਲਾ ਜਿਹੜਾ ਵਿਹਾਰ ਉਹ ਕਰਦੀ ਆ ਰਹੀ ਆ। ਅੱਗੇ ਇਕੱਲੇ ਪੰਜਾਬੀ ਹੁੰਦੇ ਸੀ, ਇਹਨਾਂ ਨੂੰ
ਜਿਵੇਂ ਕਹਿੰਦਾ ਵੀ ਤਸ਼ੱਦਦ ਕਰਕੇ ਉੱਥੋਂ ਮੋੜ ਦਿੱਤਾ ਜਾਂਦਾ ਸੀ, ਪਰ ਐਤਕੀ ਬਹੁਤ ਚੰਗੀ ਗੱਲ ਆ ਜਿਹੜਾ ਇਹਨਾਂ ਨੇ ਹਰਿਆਣੇ ਨੂੰ ਨਾਲ ਲਿਆ, ਨਾਲ ਯੂਪੀ ਨੂੰ ਨਾਲ ਲਿਆ, ਕਿਉਂਕਿ ਹੁਣ ਸਾਰਾ ਦੇਸ਼ ਹੀ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਵਿਰੋਧ ਦੇ ਵਿੱਚ ਖੜਾ ਹੋ ਗਿਆ। ਵਿਰੋਧਤਾ ਦਾ ਆਪਾਂ ਨੂੰ ਇਸ ਚੀਜ਼ ਤੋਂ ਪਤਾ ਲੱਗਦਾ ਵੀ ਜਿਹੜੀਆਂ ਬੰਗਾਲ ਦੇ ਵਿੱਚ ਚੋਣਾਂ ਹੋਈਆਂ ਸੀ ਉੱਥੇ ਮਮਤਾ ਬੈਨਰਜੀ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ, ਕਿਉਂਕਿ ਸਾਡੇ ਕਿਸਾਨਾਂ ਨੇ ਉੱਥੇ ਜਾ ਕੇ ਸਰਕਾਰ ਦੇ ਵਿਰੁੱਧ ਜਿਹੜਾ ਪ੍ਰਚਾਰ ਕੀਤਾ ਸੀ। ਇਸੇ ਤਰੀਕੇ ਦੇ ਨਾਲ ਜਿਹੜੀਆਂ ਪੰਚਾਇਤੀ ਚੋਣਾਂ ਯੂਪੀ ਦੇ ਵਿੱਚ ਹੋਈਆਂ ਸੀ ਉਹਨਾਂ ਦੇ ਵਿੱਚ ਇਹਨਾਂ ਨੂੰ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰੈਸ਼ਰ ਆ ਉਹ ਬਿਲਡਅਪ ਹੋ ਰਿਹਾ ਹੈਗਾ। ਪਰ ਇਹਦੇ ਨਾਲ ਨਾਲ ਮੈਂ ਸਮਝਦਾ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਪੰਜਾਬ ਦੇ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਜਿਹੜਾ ਵਿਹਾਰ ਸੈਂਟਰ ਸਰਕਾਰ ਕਰਦੀ ਆਈ ਆ। ਜੇ ਆਪਾਂ ਆਜ਼ਾਦੀ ਦੀ ਗੱਲ ਕਰੀਏ, 1947 ਦੇ ਵਿੱਚ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਉਸ ਸਮੇਂ ਵੀ ਇਹਨਾਂ ਨੇ ਜਿਵੇਂ ਕਹਿੰਦਾ ਆਜ਼ਾਦੀ ਦਾ ਜਿਹੜਾ ਨਿੱਘ ਸੀ ਉਹ ਤਾਂ ਮਾਣਿਆ ਕੁਛ ਚੰਦ ਕੁ ਲੋਕਾਂ ਨੇ, ਲੇਕਿਨ ਜਿਹੜਾ ਆਜ਼ਾਦੀ ਦੇ ਵਾਸਤੇ ਸੰਘਰਸ਼ ਕੀਤਾ ਜਾਂ 98 ਸਿਰ ਪੰਜਾਬੀਆਂ ਨੇ ਦਿੱਤੇ ਉਹਦਾ ਸਾਨੂੰ ਸਲਾਹ ਇਹ ਦਿੱਤਾ ਗਿਆ ਕਿ ਦੋ ਪੰਜਾਬਾਂ ਦਾ ਬਟਵਾਰਾ ਕਰ ਦਿੱਤਾ ਗਿਆ ਜਿਹਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ, ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਜਿਹੜੀਆਂ ਪ੍ਰੋਪਰਟੀਆਂ ਦਾ ਨੁਕਸਾਨ ਹੋਇਆ। ਇਸੇ ਤਰੀਕੇ ਦੇ ਨਾਲ ਉਦੋਂ ਬਾਅਦ ਵਿੱਚ ਪੰਜਾਬੀ ਸੂਬਾ ਬਣਿਆ, ਉਹਦੇ ਵਾਸਤੇ ਵੀ ਜਿਵੇਂ ਪੰਜਾਬੀਆਂ ਨੇ ਕਿੰਨੀਆਂ ਗ੍ਰਿਫਤਾਰੀਆਂ ਦਿੱਤੀਆਂ। ਉਸ ਤੋਂ ਬਾਅਦ ਨਕਸਲ ਲਹਿਰ ਚੱਲੀ, ਉਹਦੇ ਤਹਿਤ ਇਹਨਾਂ ਨੇ ਪੰਜਾਬੀਅਤ ਦਾ ਘਾਣ ਕੀਤਾ। ਉਦੋਂ ਬਾਅਦ ਦੇ ਵਿੱਚ 84 ਆਇਆ, 78 ਆਇਆ, ਤੁਹਾਨੂੰ ਪਤਾ ਹੈ ਕਿ ਖਾੜਕੂਵਾਦ ਦੇ ਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਉੱਥੇ ਜਵਾਨੀ ਨੂੰ ਮਾਰਿਆ ਗਿਆ। ਜੇ ਜਸਵੰਤ ਸਿੰਘ ਖਾਲੜਾ ਵਰਗਿਆਂ ਨੇ ਉਹਦੇ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਜੋ ਕਿ ਨਾਸਤੋ ਨਬੂਬ ਕਰ ਦਿੱਤਾ ਗਿਆ। ਅਤੇ ਅਸੀਂ ਭਾਗਾਂ ਵਾਲੇ ਹਾਂ, ਮੈਂ ਕਹਿੰਦਾ ਤੁਸੀਂ ਸਾਰੇ ਪੰਜਾਬੀਆਂ ਨੇ ਇੱਥੇ ਜਿਹੜਾ ਖਾਲੜਾ ਸਾਹਿਬ ਦੇ ਨਾਂ ਦੇ ਉੱਤੇ ਪਾਰਕ ਬਣਾਇਆ ਇਹਦੇ ਵਾਸਤੇ ਵੀ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਪਰ ਐਤਕੀ ਦਾ ਜਿਹੜਾ ਕਿਸਾਨੀ ਅੰਦੋਲਨ ਆ, ਇਹਨਾਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਦੇ ਸਿਰ ਇਹ ਮੜਨ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜਿਹੜਾ ਸਾਰਾ ਕੁਛ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਈਏ, ਇਹਦੇ ਵਾਸਤੇ ਮੈਂ ਕਹਿੰਦਾ ਵੀ ਸਾਡੇ ਜਿਹੜੇ ਲੀਡਰ ਆ ਉਹਨਾਂ ਦੀ ਦੂਰਅੰਦੇਸ਼ੀ ਆ, ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਇਸ ਖਤਰੇ ਨੂੰ ਭਾਂਪਦੇ ਹੋਇਆਂ ਪੰਜਾਬੀਆਂ ਨੂੰ ਅਗਾਹ ਕੀਤਾ ਅਤੇ ਅੱਜ ਜਿਹੜੇ ਸਾਡੇ ਬਜ਼ੁਰਗ ਆ ਉਹ ਉੱਥੇ ਡਟੇ ਹੋਏ ਆ। ਅਤੇ ਮੈਨੂੰ ਆਸ ਨਹੀਂ, ਮੈਨੂੰ ਖੁੱਲ੍ਹੀ ਉਮੀਦ ਆ ਵੀ ਵਾਹਿਗੁਰੂ ਪਰਮਾਤਮਾ ਕਰੂਗਾ ਕਿ ਅਸੀਂ ਉਹ ਜਿਹੜਾ ਮੋਰਚਾ ਜਿੱਤ ਕੇ ਮੁੜਾਂਗੇ। ਅਤੇ ਮੈਂ ਇਹਦੇ ਨਾਲ ਨਾਲ ਇੱਕ ਵਾਰ ਫਿਰ ਸਾਡੇ ਜਿਹੜੇ ਗੋਲਡਨ ਪੈਲਸ ਦੀ ਸਮੂਹ ਟੀਮ ਆ, ਭੈਣ ਜੀ ਕੁਲਦੀਪ ਕੌਰ ਹੋਣੀ ਉਹਨਾਂ ਦੀਆਂ ਸਾਥਣਾਂ ਨੂੰ, ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਅੱਜ ਤੀਆਂ ਦੇ ਮੁਬਾਰਕ ਮੇਲੇ ਦੀ ਵਧਾਈ ਦਿੰਦਾ। ਅਤੇ ਇੱਕੋ ਮੈਂ ਕਵਿਤਾ ਛੋਟੀ ਜਿਹੀ ਬੋਲ ਕੇ ਆਪਦੀ ਗੱਲ ਖਤਮ ਕਰੂੰਗਾ। ਕਹਿੰਦੇ ਨੇ ਕਿ ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ, ਦਿਲ ਵਾਲੀ ਉਖੜੀ ਕਿਤਾਬ ਲੈ ਕੇ ਆਏ ਹਾਂ, ਕਿੱਥੇ ਕਿੱਥੇ ਕਿਹੜਾ ਕਿਹੜਾ ਤੀਰ ਤਿੱਖਾ ਮਾਰਿਆ, ਹੋਈ ਬੀਤੀ ਸਾਰੀ ਦਾ ਹਿਸਾਬ ਲੈ ਕੇ ਆਏ ਹਾਂ, ਕੰਡਿਆਂ ਦੀ ਵਾੜ ਉਹਨੇ ਦੱਸ ਕਾਹਨੂੰ ਲੁਕਦੀ, ਅਸੀਂ ਤੇਰੇ ਵਾਸਤੇ ਗੁਲਾਬ ਲੈ ਕੇ ਆਏ ਹਾਂ, ਸੁੱਕਿਆ ਬਿਆਸ ਸਤਲੁਜ ਵੀ ਉਦਾਸ ਹੈ, ਹੰਝੂਆਂ ਦਾ ਰਾਵੀ ਤੇ ਝਨਾਬ ਲੈ ਕੇ ਆਏ ਹਾਂ, ਆਂਦਰਾਂ ਦੀ ਡੋਰ ਵਿੱਚ ਦਰਦਾਂ ਦੇ ਮਣ ਕੇ ਵੇਖ ਨਜ਼ਰਾਨੇ ਕੀ ਜਨਾਬ ਲੈ ਕੇ ਆਏ ਹਾਂ, ਕੱਲਾ ਕੱਲਾ ਵਰਕਾ ਤੂੰ ਨੀਜ ਲਾ ਕੇ ਪੜ ਲੈ, ਲੀਰੋ ਲੀਰ ਹੋ ਗਿਆ ਖੁਆਬ ਲੈ ਕੇ ਆਏ ਹਾਂ, ਦਾਤਿਆਂ ਨੂੰ ਮੰਗਤੇ ਬਣਾਉਣ ਵਾਲੀ ਦਿੱਲੀਏ ਦਰਦਾਂ 'ਚ ਬੰਨਿਆ ਪੰਜਾਬ ਲੈ ਕੇ ਆਏ ਹਾਂ, ਦਰਦਾਂ 'ਚ ਬੰਨਿਆ ਪੰਜਾਬ ਲੈ ਕੇ ਆਏ ਹਾਂ। ਬਹੁਤ ਬਹੁਤ ਧੰਨਵਾਦ।